ਕਿਵੇਂ ਦੇਖਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਵਿੰਦਰ ਸਿੰਘ, ਗ੍ਰਾਮ ਪੰਚਾਇਤ ਪਿੰਡ ਵੜੈਚ ਤੋਂ ਸਭ ਤੋਂ ਪਹਿਲਾਂ ਪ੍ਰੈਸ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਹਾਜ਼ਰੀ ਭਰ ਕੇ ਇਹ ਮਾਣ ਦਿੱਤਾ ਹੈ। ਦੂਸਰਾ, ਮੈਂ ਗ੍ਰਾਮ ਪੰਚਾਇਤ ਪਿੰਡ ਵੜੈਚ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਡੇ ਵਰਗੇ ਨਿਮਾਣਿਆਂ ਨੂੰ ਇਹ ਮਾਣ ਦਿੱਤਾ ਹੈ ਅਤੇ ਵਿਸ਼ਵਾਸ ਕੀਤਾ ਹੈ। ਅਸੀਂ ਉਹਨਾਂ ਦੇ ਵਿਸ਼ਵਾਸ 'ਤੇ ਪੂਰਾ ਪਹਿਰਾ ਦੇਵਾਂਗੇ ਅਤੇ ਕੋਈ ਵੀ ਪਿੰਡ ਦੇ ਵਿੱਚ ਜੋ ਵੀ ਕੰਮ ਹੈ ਉਹ ਅਸੀਂ ਪੂਰੀ ਪੰਚਾਇਤ ਨਾਲ ਮਿਲ ਕੇ, ਪੂਰੇ ਬਾਕੀ ਵੀ ਅਹੁਦੇਦਾਰਾਂ ਦੇ ਨਾਲ ਮਿਲ ਕੇ, ਜੋ ਵੀ ਨਗਰ ਦੇ ਅਹੁਦੇਦਾਰ ਹਨ ਉਹਨਾਂ ਦੇ ਨਾਲ ਮਿਲ ਕੇ ਇਹ ਵਿਕਾਸ ਕੀਤਾ ਜਾਏਗਾ। ਦੇਖੋ ਜੀ, ਪਿਛਲੇ ਪੰਜ ਸਾਲਾਂ ਤੋਂ ਅਸੀਂ, ਮੇਰੇ ਧਰਮ ਪਤਨੀ ਮਨਜੀਤ ਕੌਰ ਜੀ ਜੋ ਪੰਚਾਇਤ ਮੈਂਬਰ ਰਹਿ ਚੁੱਕੇ ਹਨ, ਅਤੇ ਇਸ ਵਾਰ ਜੋ ਸਾਰੇ ਨਗਰ ਨੇ ਇਹ ਸਾਡੇ ਜੋ ਪਿਛਲੇ ਪੰਜਾਂ ਸਾਲਾਂ ਦਾ ਵਿਕਾਸ ਜੋ ਵੇਖ ਕੇ ਇਸ ਵਾਰ ਸਾਨੂੰ ਸਰਪੰਚੀ ਦਾ ਮੌਕਾ ਦਿੱਤਾ ਹੈ। ਹਾਂਜੀ, ਹਾਂਜੀ, ਵੇਖੋ ਜੀ, ਪਲੇਟਫਾਰਮ ਸਾਡਾ ਸਭ ਤੋਂ ਪਹਿਲਾਂ ਹੈ ਜੋ ਸਾਡੇ ਜੋ ਹਲਕੇ ਦੇ ਇੰਚਾਰਜ ਹਨ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾ, ਆਮ ਆਦਮੀ ਪਾਰਟੀ ਦੇ MLA ਉਮੀਦਵਾਰ ਹਨ, ਉਹਨਾਂ ਦੇ ਨਾਲ ਮਿਲ ਕੇ ਅਸੀਂ ਜੋ ਵੀ ਸਾਡੇ ਪਿੰਡ ਦੇ ਨੌਜਵਾਨ ਹਨ ਉਹਨਾਂ ਦੇ ਮੁੱਦੇ ਹਨ, ਜੋ ਕਿ ਨੌਕਰੀਆਂ ਦਾ ਹੈ, ਸਰਕਾਰੀ ਨੌਕਰੀਆਂ ਜਾਂ ਪ੍ਰਾਈਵੇਟ ਸੈਕਟਰ ਦੇ ਵਿੱਚ, ਇਹ ਸਾਰੇ ਉਹਨਾਂ ਨੂੰ ਅੱਗੇ ਰੱਖਾਂਗੇ ਅਤੇ ਅੱਗੇ ਨੌਜਵਾਨਾਂ ਨੂੰ ਅੱਗੇ ਲਿਆਵਾਂਗੇ। ਖੇਡਾਂ ਦੇ ਰੁਝਾਨ ਵਿੱਚ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ, ਉਹਨਾਂ ਦਾ ਹੀ ਬਹੁਤ ਇਹ ਉਤਸ਼ਾਹ ਹੈ ਸਭ ਨੌਜਵਾਨਾਂ ਵੱਲ। ਬਹੁਤ ਵੱਡੀਆਂ ਨੌਕਰੀਆਂ ਦੇ ਚੁੱਕੇ ਹਨ, ਜੋ ਉਹਨਾਂ ਨੇ ਵਾਅਦੇ ਕੀਤੇ ਸਨ ਉਹ ਬਹੁਤ ਹੀ ਉਤਸ਼ਾਹ ਦੇ ਨਾਲ ਨਿਭਾ ਰਹੇ ਹਨ, ਅਤੇ ਅਸੀਂ ਵੀ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾ ਦੀ ਅਗਵਾਈ ਹੇਠ ਆਪਾਂ ਵੀ ਉਹਨਾਂ ਦੇ ਅੱਗੇ ਜੇ ਮੁੱਦੇ ਰੱਖਾਂਗੇ ਤਾਂ ਉਹ ਪੂਰੇ ਕਰਨ ਦਾ ਯਤਨ ਕਰਾਂਗੇ। ਪੰਚਾਇਤ ਦਾ ਅਗਲਾ ਮੁੱਖ ਟੀਚਾ, ਅਸੀਂ ਹੁਣ ਇਲੈਕਸ਼ਨ ਦੇ ਵਿੱਚ ਜੋ MLA ਦੀ ਇਲੈਕਸ਼ਨ ਆ ਰਹੀ ਹੈ ਉਹਨਾਂ ਦਾ, ਇਸ ਤੋਂ ਬਾਅਦ ਸਾਰੇ ਗ੍ਰਾਮ ਪੰਚਾਇਤ ਦੇ ਨਾਲ ਮਿਲ ਕੇ ਅਸੀਂ ਜੋ ਪਿੰਡ ਦਾ ਵਿਕਾਸ ਹੈ ਜਾਂ ਹੋਰ ਵੀ ਕੋਈ ਪ੍ਰੋਬਲਮਾਂ ਹਨ ਉਹ ਮਿਲ ਕੇ ਅਤੇ ਪੂਰੀ ਕਰਨ ਦਾ ਯਤਨ ਕਰਾਂਗੇ। ਕਈ ਵਾਰੀ ਸਰ ਪਿੰਡਾਂ ਦੇ ਵਿੱਚ ਰਾਸ਼ਨ ਕਾਰਡ ਜਾਂ ਪੈਨਸ਼ਨ ਲੈ ਕੇ ਸਮੱਸਿਆ ਬਣ ਜਾਂਦੀ ਹੈ, ਤੁਹਾਡੀ ਪੰਚਾਇਤ ਵੱਲੋਂ ਜਿਹੜਾ ਇਹ? ਵੇਖੋ ਜੀ, ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜੋ ਨਗਰ ਨੇ ਸਾਨੂੰ ਮਾਣ ਦਿੱਤਾ ਹੈ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਕੰਮ ਕਰਾਂਗੇ। ਕਿਸੇ ਦਾ ਵੀ ਕੋਈ ਕੰਮ ਨਹੀਂ ਰਹਿਣ ਦੇਵਾਂਗੇ, ਚਾਹੇ ਕਿਸੇ ਨੇ ਸਾਨੂੰ ਵੋਟ ਨਹੀਂ ਪਾਈ ਹੈ ਜਾਂ ਨਹੀਂ ਪਾਈ, ਸਾਰੇ ਇੱਕ ਬਰਾਬਰ ਹੋਣਗੇ। ਅਸੀਂ ਤਾਂ ਵੇਖੋ ਜੀ, ਮੈਸੇਜ ਨਹੀਂ, ਬੇਨਤੀ ਕਰਦੇ ਹਾਂ, ਅਰਦਾਸ ਕਰਦੇ ਹਾਂ ਨਗਰ ਅੱਗੇ, ਨਗਰ ਦੇ ਭਲੇ ਦੀ ਅਰਦਾਸ ਕਰਾਂਗੇ, ਵਾਹਿਗੁਰੂ ਦਾ ਸ਼ੁਕਰਾਨਾ ਕਰਾਂਗੇ, ਨਗਰ ਨਿਵਾਸੀਆਂ ਦਾ ਸ਼ੁਕਰਾਨਾ ਕਰਾਂਗੇ ਜਿਨ੍ਹਾਂ ਨੇ ਮਾਣ ਦਿੱਤਾ ਹੈ, ਅਤੇ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਨਗਰ 'ਤੇ ਸੁੱਖ ਸ਼ਾਂਤੀ ਵਰਤੀ ਜਾਏ। ਮੈਂ ਦੁਬਾਰਾ ਆਪਣੇ ਪਿੰਡ ਦੇ ਨਗਰ ਨਿਵਾਸੀਆਂ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਮੈਨੂੰ ਮਾਣ ਬਖਸ਼ਿਆ ਹੈ ਅਤੇ ਮੇਰੇ 'ਤੇ ਵਿਸ਼ਵਾਸ ਜਿਤਾਇਆ ਹੈ। ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਸੱਚ ਦੀ ਆਵਾਜ਼ ਅਤੇ ਜੀ ਚੈਨਲ ਨਿਊਜ਼ 'ਤੇ ਤੁਹਾਡੇ ਸਭ ਵੀਰਾਂ ਦਾ ਧੰਨਵਾਦ ਕਰਦੀ ਹਾਂ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਕੋਲ ਮੇਰੇ ਵਿਚਾਰ ਲੈਣ ਆਏ ਹਨ, ਜੋ ਸਾਰੀ ਸੰਗਤ ਨੂੰ ਵਿਚਾਰ ਮੇਰੇ ਸੰਦੇਸ਼ਾਂ ਭੇਜ ਸਕਣ। ਸੋ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਮੈਂ ਮਨਜੀਤ ਕੌਰ, ਪਿੰਡ ਵੜੈਂਚ, ਜ਼ਿਲ੍ਹਾ ਗੁਰਦਾਸਪੁਰ ਤੋਂ। ਮੈਂ ਆਪਣੇ ਪਿੰਡ ਦੇ ਸਾਰੀ ਨਗਰ ਦੇ ਸਹਿਯੋਗ ਨਾਲ, ਸਾਰੀ ਸੰਗਤ ਦੇ ਸਹਿਯੋਗ ਨਾਲ ਜੋ ਉਹਨਾਂ ਨੇ ਮੈਨੂੰ ਮਾਣ ਬਖਸ਼ਿਆ ਹੈ, ਮੈਨੂੰ ਸਰਪੰਚੀ ਦਾ ਅਹੁਦਾ ਦਿੱਤਾ ਹੈ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ, ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰ ਹੈ ਜਿਨ੍ਹਾਂ ਨੇ ਮੈਨੂੰ ਇਸ ਮੁਕਾਮ 'ਤੇ ਪਹੁੰਚਾਇਆ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੀ ਹਾਂ।
फिर मैं सारी संगत दे सारे अपने पिंड दे सारी संगत दा नगर निवासियों दा तहे दिलों धन्यवाद करदी हाँ जिन्होंने मैनु ये सेवा करन दा मान बख्शिया है। हाँ जी मुकाबला तो काफ़ी स्ट्रगल वाला सीगा सो अही स्ट्रगल काफ़ी कीती है सो सारी संगत ने मैनू बहुत ही ज़्यादा प्यार किया सारे स नगर के सहयोग नाल मेरे जेडे वोटर सपोर्टर ही मैनू बहुत ज़्यादा उन्होंने सपोर्ट की है स मेरे हसबेंड ने भी मैं बहुत ज़्यादा सपोर्ट की घर ने सपोर्ट की है तो इन्हों के सहयोग नाल मैनू ये मान बख्शा गया है तो मैं तो दिलों सारी संगत का तो मैं अपने नगर का जो मैनू सेवा कर ये मौका मिला मैं तय दिलों ये सेवा करांगी जो विकास है सो पिंड दा जो काम रह गए ने उन्होंने करन दी पूरा जतन करांगी ते जो रहिंदे काम है उन्होंने भी करन दी पूरी कोशिश करांगी सो मैं सारी संगत दा धन्यवाद करदी हां। वाहिगुरु जी का खालसा वाहिगुरु जी की फतेह।